ਹਾਂਜੀ, ਕੰਬੋਜਰ ਰੈਕਟ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਜਿਵੇਂ ਕਿ ਤੁਹਾਨੂੰ ਪਤਾ ਹੀ ਹੋਊਗਾ ਕਿ ਕੱਲ੍ਹ ਹੀ ਸਰਗੁਣ ਮਹਿਤਾ ਵੱਲੋਂ ਏਅਰਪੋਰਟ ਤੋਂ ਇੱਕ ਵੀਡੀਓ ਸ਼ੇਅਰ ਕੀਤੀ ਗਈ ਸੀ, ਜਿਸ ਵਿੱਚ ਗਿੱਪੀ ਗਰੇਵਾਲ, ਕਰਨ ਔਜਲਾ ਅਤੇ ਸਰਗੁਣ ਮਹਿਤਾ ਇਕੱਠੇ ਨਜ਼ਰ ਆ ਰਹੇ ਸੀ। ਅਤੇ ਉੱਦਾਂ ਹੀ ਗਿੱਪੀ ਗਰੇਵਾਲ ਵੱਲੋਂ ਵੀ ਅੱਜ ਇੰਸਟਾਗ੍ਰਾਮ ਉੱਤੇ ਇੱਕ ਸਟੋਰੀ ਸ਼ੇਅਰ ਕੀਤੀ ਗਈ, ਜਿਸ ਵਿੱਚ ਗਿੱਪੀ ਗਰੇਵਾਲ ਅਤੇ ਕਰਨ ਔਜਲਾ ਜਹਾਜ਼ ਵਿੱਚ ਇਕੱਠੇ ਸੀ। ਅਤੇ ਗਿੱਪੀ ਬਾਈ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਆਪਾਂ ਜਲਦੀ ਇੰਡੀਆ ਆ ਰਹੇ ਹਾਂ। ਜਿਸ ਤੋਂ ਬਾਅਦ ਹੁਣ ਤੁਹਾਨੂੰ ਦੱਸ ਦਈਏ ਕਿ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਗਿੱਪੀ ਗਰੇਵਾਲ ਅਤੇ ਕਰਨ ਔਜਲਾ ਦਿੱਲੀ ਏਅਰਪੋਰਟ ਤੇ ਨਜ਼ਰ ਆਏ ਨੇ। ਤੇ ਹੁਣੇ ਹੀ ਗਿੱਪੀ ਬਾਈ ਵੱਲੋਂ ਆਪਣੀ ਫਿਲਮ ਦੀ ਪ੍ਰਮੋਸ਼ਨ ਲਈ ਇੱਕ ਸ਼ੋਅ ਵੀ ਲਾਇਆ ਗਿਆ ਹੈ, ਜਿੱਥੇ ਕਰਨ ਔਜਲਾ ਦੇਖਣ ਨੂੰ ਨਹੀਂ ਮਿਲਿਆ, ਕਿਉਂਕਿ ਏਅਰਪੋਰਟ ਤੇ ਹੀ ਕਰਨ ਔਜਲਾ ਵੱਲੋਂ ਗਿੱਪੀ ਗਰੇਵਾਲ ਨੂੰ ਕਹਿ ਦਿੱਤਾ ਗਿਆ ਸੀ ਕਿ ਤੁਸੀਂ ਚੱਲੋ ਮੈਂ ਚੱਲਦਾ। ਤੇ ਇਸ ਤੋਂ ਸਾਫ ਪਤਾ ਲੱਗ ਰਿਹਾ ਹੈ ਕਿ ਕਰਨ ਔਜਲਾ ਗਿੱਪੀ ਬਾਈ ਦੀ ਫਿਲਮ ਦੀ ਪ੍ਰਮੋਸ਼ਨ ਲਈ ਨਹੀਂ ਇੰਡੀਆ ਆਇਆ, ਬਲਕਿ ਆਪਣੇ ਕਿਸੇ ਪ੍ਰੋਜੈਕਟ ਲਈ ਇੰਡੀਆ ਪਹੁੰਚਿਆ ਹੈ। ਬਾਕੀ ਇਸ ਦੇ ਰਿਲੇਟਡ ਸਾਨੂੰ ਹੋਰ ਕੋਈ ਵੀਡੀਓ ਮਿਲਦੀ ਹੈ ਤਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ। ਤੇ ਕਰਨ ਔਜਲਾ ਅਤੇ ਗਿੱਪੀ ਗਰੇਵਾਲ ਇੱਕ ਵਾਰ ਫਿਰ ਹੋਏ ਇਕੱਠੇ, ਜਿਸ ਵੀਡੀਓ ਦਾ ਲਿੰਕ ਸਕਰੀਨ ਉੱਤੇ ਦਿੱਤਾ ਹੋਇਆ ਹੈ, ਵੀਡੀਓ ਨੂੰ ਜ਼ਰੂਰ ਜਾ ਕੇ ਦੇਖਿਓ। ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਵਿੱਚ। ਥੈਂਕ ਯੂ।